ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਬਾਰੇ। ਦੇਖੋ ਨਾਮ ਉਹਨਾਂ ਦਾ ਸਾਧੂ ਸਿੰਘ ਧਰਮਸੋਤ, ਨਾ ਉਹਨਾਂ ਨੇ ਕੋਈ ਸਾਧੂ ਵਾਲਾ ਕੰਮ ਕੀਤਾ ਨਾ ਕੋਈ ਧਰਮ ਦਾ ਕੰਮ ਕੀਤਾ, ਅਸੀਂ ਨਹੀਂ ਕਹਿੰਦੇ, ਉਹਨਾਂ ਦੇ ਆਲੋਚਕ ਕਹਿੰਦੇ ਨੇ। ਪਿਛਲੀ ਵਾਰ ਦਾ ਬੰਦਾ ਮੰਤਰੀ ਹੋਵੇ ਪਿਛਲੀ ਸਰਕਾਰ ਦਾ, ਔਰ ਉਹਦਾ ਇਹ ਕਹਿਣਾ ਹੋਵੇ ਕਿ ਮੈਂ 100 ਕਰੋੜ ਰੁਪਇਆ ਨੱਬ ਦੀ ਡਿਵੈਲਪਮੈਂਟ ਲਈ ਖਰਚਿਆ, ਉਸ ਤੋਂ ਬਾਅਦ ਵੀ ਉਸਦੀ ਜ਼ਮਾਨਤ ਜ਼ਬਤ ਹੋ ਜਾਵੇ, ਉਹ ਜਿੱਤ ਨਾ ਸਕੇ, ਤਾਂ ਕਿੱਡੀ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਕਿਵੇਂ ਦੁਰਕਾਰਦੇ ਨੇ। ਪਰ ਹੁਣ ਤੁਹਾਡੇ ਸਾਹਮਣੇ ਖਬਰਾਂ ਆ ਰਹੀਆਂ ਆ ਕਿ ਅਮਲੋਹ ਵੇਖੇ ਉਹਨਾਂ ਨੂੰ ਸਵੇਰੇ ਤੜਕੇ ਵਜੇ ਵਿਜੀਲੈਂਸ ਨੇ ਚੱਕਿਆ, ਔਰ ਦੇਵਮਾਨ ਹੁਣ ਬਹੁਤ ਸਾਰੀ ਆਲੋਚਨਾ ਕਰਦੇ ਹੋਏ, ਬਹੁਤ ਸਾਰੇ ਆਰੋਪ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਾਧੂ ਸਿੰਘ ਧਰਮਸੋਤ ਆ ਉਹਨਾਂ ਨੇ 25,000 ਦਰਖਤ ਕਟਵਾਏ ਨੇ ਅਤੇ 500 ਰੁਪਇਆ ਇੱਕ ਦਰਖਤ ਦੇ ਕੱਟਣ ਦੇ ਬਦਲੇ ਉਹ ਲੈਂਦੇ ਰਹੇ। ਅਸੀਂ ਸੋਚਦੇ ਹਾਂ ਕਿ ਇੱਕ ਪਾਸੇ ਵਾਤਾਵਰਨ ਪ੍ਰੇਮੀ ਦਰਖਤ ਲਾਉਣ ਦੀ ਅਪੀਲ ਕਰਦੇ, ਉਹ ਆਖਦੇ ਆ ਕਿ ਇੱਕ ਫੇਫੜਾ ਸਾਡੇ ਇੱਥੇ ਸੀਨੇ 'ਚ ਲੱਗਿਆ ਅਤੇ ਦੂਜਾ ਫੇਫੜਾ ਸਾਡਾ ਦਰਖਤ ਹੈ, ਤਾਂ ਦੂਜੇ ਪਾਸੇ ਕੁਦਰਤ ਦਾ ਘਾਣ ਕੀਤਾ ਗਿਆ, ਇਹ ਆਰੋਪ ਹੈ ਸਾਧੂ ਸਿੰਘ ਧਰਮਸੋਤ ਦੇ ਉੱਤੇ। ਔਰ ਦੇਵਮਾਨ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਨਾਂ ਨੂੰ ਕਿਹਾ ਕਿ ਇਸ ਭ੍ਰਿਸ਼ਟਾਚਾਰ ਨੇਤਾ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਬਹੁਤ ਸਾਰਾ ਪੈਸਾ ਆਇਆ ਸੀ ਦਰਖਤ ਲਗਾਉਣ ਦੇ ਲਈ, ਉਹਦੇ ਵਿੱਚ ਵੀ ਜਿਹੜੀ ਆ ਹੇਰਾਫੇਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੀ ਗਈ ਹੈ, ਉਸ ਦਾ ਜਵਾਬ ਵੀ ਦੇਵਮਾਨ ਮੰਗਦੇ ਆ। ਹੋਰ ਕੀ ਆਰੋਪ ਲਗਾਏ ਨੇ ਦੇਵਮਾਨ ਨੇ, ਆਓ ਦੇਖਦੇ ਹਾਂ ਪੂਰੀ ਵੀਡੀਓ। ਅੱਜ ਸਾਧੂ ਧਰਮਸੋਤ ਜਿਹੜੇ ਕਿ ਸਾਬਕਾ ਜੰਗਲਾਤ ਮੰਤਰੀ ਨੇ, ਉਹਨਾਂ ਤੇ ਮੋਹਾਲੀ ਦੀ ਜਿਹੜੀ ਵਿਜੀਲੈਂਸ ਨੇ ਰੇਡ ਮਾਰੀ ਔਰ ਸਵੇਰੇ 3 ਵਜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਹੁਤ ਗੰਭੀਰ ਮਾਮਲਾ, ਇੱਕ ਦਰਖਤ ਕਟਾਈ ਦਾ 500 ਰੁਪਇਆ ਐਜ਼ ਏ ਮਿਨਿਸਟਰ ਸਾਧੂ ਧਰਮਸੋਤ ਆਪਣੀ ਜੇਬ ਦੇ ਵਿੱਚ ਪਾਉਂਦਾ ਸੀ, ਔਰ 25,000 ਤੋਂ ਉੱਪਰ ਦਰਖਤ ਕੱਟੇ ਜਾਣ ਦੀ ਜਿਹੜੀ ਰਿਪੋਰਟ ਹੈ ਔਰ ਪੁਖਤਾ ਉਹਦੀ ਜਾਣਕਾਰੀ ਹੈ, ਪ੍ਰੋਪਰ ਸਾਰੇ ਡਾਕੂਮੈਂਟ ਨੇ, ਔਰ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੇ ਵੀ ਪ੍ਰੋਪਰ ਜਾਣਕਾਰੀ ਦਿੱਤੀ ਹੈ ਕਿ ਕਿੱਡਾ ਵੱਡਾ ਘਪਲਾ ਜਿਹੜਾ ਸਾਧੂ ਧਰਮਸੋਤ ਨੇ ਕੀਤਾ, ਇੱਕ ਲਾਇਕ ਜ਼ਿਲ੍ਹੇ ਦਾ। ਜਦੋਂ ਪੂਰੇ ਪੰਜਾਬ ਦੀ ਰਿਪੋਰਟ ਸਾਹਮਣੇ ਆਊਗੀ ਤਾਂ ਬਹੁਤ ਵੱਡਾ ਘਪਲਾ ਜਿਹੜਾ ਸਾਹਮਣੇ ਆਊਗਾ, ਔਰ ਸੈਂਟਰ ਦੇ ਵਿੱਚੋਂ ਵੀ 1,000 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਇਆ ਦਰਖਤ ਲਾਉਣ ਵਾਸਤੇ, ਪਰ ਉਹ ਪੈਸਾ ਕਿੱਥੇ ਲੱਗਿਆ ਕਿੱਥੇ ਨਹੀਂ ਲੱਗਿਆ ਉਹਦੀ ਵੀ ਪ੍ਰੋਪਰ ਮੈਂ ਬੇਨਤੀ ਕਰਦਾ ਨਰਿੰਦਰ ਮੋਦੀ ਸਾਹਿਬ ਨੂੰ ਕਿ ਇਹਦੀ ਵੀ ਇਨਕੁਆਇਰੀ ਪ੍ਰੋਪਰ ਜਿਹੜੀ ਅੱਜ ਕੀਤੀ ਜਾਵੇ। ਇਹ ਕੁਦਰਤ ਦੇ ਦੁਸ਼ਮਣ ਜਿਹੜੇ 50-50, 100-100 ਸਾਲ ਪਾਲੇ ਦਰਖਤ 500 ਰੁਪਏ 'ਚ ਵੇਚ ਸਕਦੇ ਆ ਜੀ, ਇਹ ਬਖਸ਼ਣਯੋਗ ਨਹੀਂ ਹੈ। ਔਰ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਨੂੰ ਕਿ ਜੀ 64 ਕਰੋੜ ਰੁਪਈਏ ਦਾ ਵੀ ਬਹੁਤ ਗੰਭੀਰ ਮਾਮਲਾ, ਗਰੀਬ ਬੱਚਿਆਂ ਦਾ ਵਜ਼ੀਫਾ ਖਾਣ ਦਾ, ਉਹਦੀ ਇਨਕੁਆਇਰੀ ਵੀ ਜਲਦ ਤੋਂ ਜਲਦ ਖੋਲ੍ਹੀ ਜਾਵੇ। ਇਹ SCBC ਵੈਲਫੇਅਰ ਦਾ ਮਿਨਿਸਟਰ ਰਿਹਾ, ਉਹਦੇ ਵਿੱਚ ਵੀ ਬਹੁਤ ਵੱਡੇ ਕੱਪੜੇ ਨੇ, ਇਹ ਸਟੇਸ਼ਨਰੀ ਸਰਕਾਰੀ ਮਸ਼ੀਨਾਂ ਦਾ ਵਿਭਾਗ ਇਹਨਾਂ ਕੋਲ ਹੁੰਦਾ ਸੀ ਪ੍ਰਿੰਟਿੰਗ ਪ੍ਰੈਸ ਦਾ, ਉਹਦੇ ਵਿੱਚ ਵੀ ਬਹੁਤ ਵੱਡੇ ਕੱਪੜੇ ਨੇ। ਨਗਰ ਕੌਂਸਲ ਨਾਭਾ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੇ ਕੱਪੜੇ ਕੀਤੇ ਨੇ, ਔਰ ਨਗਰ ਕੌਂਸਲ ਨਾਭਾ ਤੋਂ ਇਲਾਵਾ ਵਿਧਾਨ ਸਭਾ ਨਾਭਾ ਦੀ ਜਿੰਨੀ ਡਿਵੈਲਪਮੈਂਟ ਦਾ ਪੈਸਾ ਉਹਦੇ ਵਿੱਚ ਵੀ ਵੱਡੇ ਕੱਪੜੇ ਕੀਤੇ ਨੇ। ਕੋਈ ਸੜਕ ਨਹੀਂ ਬਣਾਈ, ਕੋਈ ਸੀਵਰੇਜ ਨਹੀਂ ਪਾਇਆ, ਔਰ ਕਹਿੰਦੇ ਸੀ ਕਿ ਨਾਭੇ ਦੇ ਵਿੱਚ ਮੈਂ 100 ਕਰੋੜ ਰੁਪਇਆ ਡਿਵੈਲਪਮੈਂਟ 'ਤੇ ਲਾਤਾ। ਇਹੀ ਕਾਰਨ ਹੋਇਆ ਕਿ ਇਲੈਕਸ਼ਨ ਦੇ ਵਿੱਚ ਇਸ ਬੰਦੇ ਦੀ ਜ਼ਮਾਨਤ ਜ਼ਬਤ ਹੋ ਗਈ ਸਾਧੂ ਧਰਮਸੋਤ ਦੀ, ਔਰ ਇਹ ਵੱਡੇ ਮਾਰਜਨ ਨਾਲ ਹਾਰ ਗਿਆ, ਜ਼ਮਾਨਤ ਜ਼ਬਤ ਹੋ ਗਈ। ਔਰ ਮੇਰੇ ਹਿੱਸੇ ਨਾਭੇ ਦੀ ਸੇਵਾ ਆਈ ਹੈ, 82,000 ਤੋਂ ਉੱਪਰ ਵੋਟਾਂ ਲੈ ਕੇ ਅਸੀਂ 63,800 ਵੋਟਾਂ ਨਾਲ ਸਾਧੂ ਧਰਮਸੋਤ ਹਾਰ ਗਿਆ, ਇਸੇ ਚੀਜ਼ ਦਾ ਖਮਿਆਜ਼ਾ ਸੀਗਾ। ਔਰ ਇਹ ਸ਼ਰੇਆਮ ਘੁੰਮ ਰਹੇ ਸੀਗੇ, ਇਹਨਾਂ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਬਹੁਤ ਸਾਰੇ ਬੰਦਿਆਂ ਨਾਲ ਹੈ, ਤਾਂ ਸਭ ਨੂੰ ਇਨਵੋਲਵ ਕਰਨਾ ਚਾਹੀਦਾ, ਔਰ ਕੁਦਰਤ ਦਾ ਇਹਨਾਂ ਨੇ ਖਿਲਵਾੜ ਕੀਤਾ, ਇਹਨਾਂ ਤੇ ਸਾਰੀ ਟੀਮ ਤੇ ਜਿਹੜੇ ਜਿਹੜੇ ਇਨਵੋਲਵ ਨੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਭਗਵੰਤ ਮਾਨ ਸਾਹਿਬ ਹੋਰਾਂ ਨੂੰ ਮੈਂ ਵਧਾਈ ਦੇਣਾ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦਾ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਉਹਨਾਂ ਚੱਕਿਆ ਹੋਇਆ, ਤਾਂ ਉਹਦੇ ਵਿੱਚ ਇਹ ਵੀ ਕੜੀ ਜੁੜਦੀ ਹੈ। ਔਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਮੰਤਰੀ ਬਣ ਕੇ ਭ੍ਰਿਸ਼ਟਾਚਾਰ ਕਰ ਰਹੇ ਸੀ, ਜਿਸਮੇ 4-5 ਜਿਹੜੇ ਮੰਤਰੀ ਨੇ ਉਹ BJP ਸ਼ਾਮਿਲ ਹੋ ਗਏ, ਔਰ ਜਦੋਂ ਰਾਘਵ ਚੱਡਾ ਜੀ ਨੇ ਗੱਲ ਕਹੀ ਤਾਂ ਉੱਤੇ ਮੋਹਰ ਲਾਈ ਆ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਕਿ ਜੀ ਬਿਲਕੁਲ ਸਾਡੇ ਮੰਤਰੀ ਜਿਹੜੇ ਆ ਇਹ ਇਸ ਕਰਕੇ ਗਏ ਨੇ BJP 'ਚ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ED ਸੈਂਟਰ ਦੇ ਅੰਡਰ ਆ, ਸਾਡੇ ਤੇ ਵੀ ਕਾਰਵਾਈ ਹੋਊਗੀ, ਇਸ ਕਰਕੇ ਉਹ ਕਾਰਵਾਈ ਤੋਂ ਬਚਣ ਵਾਸਤੇ ਉੱਥੇ ਗਏ ਨੇ। ਸੋ ਸਾਧੂ ਧਰਮਸੋਤ ਵੀ ਟਰਾਈ ਕਰ ਰਿਹਾ ਸੀ ਕਿ ਮੈਂ BJP ਜਾਵਾਂ, ਪਰ BJP ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਬਹੁਤ ਬੁਰੇ ਤਰੀਕੇ ਨਾਲ ਇਨਵੋਲਵ ਆ ਭ੍ਰਿਸ਼ਟਾਚਾਰ ਦੇ, ਕੱਲ ਨੂੰ ਇੱਥੇ ਕਾਰਵਾਈ ਹੋਊਗੀ ਤਾਂ ਫਿਰ ਸਾਡੇ ਤੇ ਵੀ ਇਹਦਾ ਨੁਕਸਾਨ ਹੋ ਸਕਦਾ। ਸੋ ਇਹ ਸਾਰੀ ਗੱਲ ਜਿਹੜੀ ਹੈ ਇਹ ਅੱਜ ਸਾਬਤ ਹੋ ਗਈ। ਔਰ ਮੈਂ ਪਿਛਲੇ 7 ਸਾਲਾਂ ਤੋਂ ਜਦੋਂ ਇਹਨੇ 64 ਕਰੋੜ ਦਾ ਘਪਲਾ ਕੀਤਾ ਤੇ ਘਰ ਦੇ ਬਾਹਰ 12 ਦਿਨ ਅਸੀਂ ਧਰਨਾ ਲਾਇਆ, ਮੇਰੇ ਤੇ 3 ਪਰਚੇ ਕਰਵਾਏ ਨੇ ਕਿ ਜੀ ਦੇਵਮਾਨ ਝੂਠ ਬੋਲਦਾ, ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ, ਮੈਂ ਤਾਂ ਬੜਾ ਸੱਚਾ ਸੁੱਚਾ ਬੰਦਾ। 100 ਕਰੋੜ ਦਾ ਘਪਲਾ ਕੀਤਾ ਤੇ ਘਰ ਦੇ ਬਾਹਰ 12 ਦਿਨ ਅਸੀਂ ਧਰਨਾ ਲਾਇਆ, ਮੇਰੇ ਤੇ 3 ਪਰਚੇ ਕਰਵਾਏ ਨੇ ਕਿ ਜੀ ਦੇਵਮਾਨ ਝੂਠ ਬੋਲਦਾ, ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ, ਮੈਂ ਤਾਂ ਬੜਾ ਸੱਚਾ ਸੁੱਚਾ ਬੰਦਾ। ਪਰ ਨਾਭਾ ਦੀ ਡਿਵੈਲਪਮੈਂਟ ਦੇ ਨਾਂ ਤੇ ਪੰਜਾਬ ਦੇ ਵਿੱਚ ਜਿੰਨੇ ਵਿਭਾਗ ਸੀ ਉਹਨਾਂ ਦੇ ਨਾਂ ਤੇ ਵੱਡਾ ਘਪਲਾ ਜਿਹੜਾ ਸਾਧੂ ਧਰਮਸੋਤ ਨੇ ਕੀਤਾ। ਸੋ ਪਰਮਾਤਮਾ ਨੇ ਜਿਹੜਾ ਜੀ ਪਰਮਾਤਮਾ ਦੇ ਘਰ ਦੇਰ ਆ ਹਨੇਰ ਨਹੀਂ ਆ, ਪਰ ਇਹ ਕਾਰਵਾਈ ਹੋਈ ਹੈ, ਮੈਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਵਧਾਈ ਦੇਣਾ, ਔਰ ਸਾਧੂ ਧਰਮਸੋਤ ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ, ਮੈਂ ਇਸ ਚੀਜ਼ ਦੀ ਮੰਗ ਕਰਦਾ।